ਧਿਆਨ ਕਰ, ਕੋਲ ਹੀ ਨਹੀਂ ਬਹਿੰਦੇ ਬਹਿੰਦੇ ਨੇ। ਇੱਕ ਦਿਨ ਨਬੀ ਪਾਕ ਕੋਲ ਬੈਠੇ, ਤਕਰੀਬਨ 16-17 ਦਿਨ ਹੋਣੇ ਹੋਣੇ ਆਈ ਨੂੰ, ਅਤੇ ਵਿਹੜੇ 'ਚ ਬੈਠੇ ਨਬੀ ਪਾਕ, ਅਤੇ ਭੈਣ ਆਉਂਦੀ, ਵੀਰ ਕਿਉਂ ਰੋਇਆ ਹੈ? ਕਦੀ ਨਬੀ ਪਾਕ ਸੱਜੇ ਵੇਖਿਆ, ਖੱਬੇ ਵੇਖਿਆ? ਤਫਸੀਰਾਂ ਵਾਲਿਆਂ ਲਿਖਿਆ ਨਬੀ ਪਾਕ ਵੇਖ ਕੇ ਘਰ ਨੂੰ ਚਾਰ ਚਫੇਰਿਓ, ਅਤੇ ਬੂਹੇ ਲਾਗੋ ਜਾ ਕੇ ਆਏ, ਪਿਛਾਂ 'ਤੇ ਰੋ ਪੈ, ਆਂਹਦੇ ਨੇ ਭੈਣ ਵੀਰ ਕਿਉਂ ਰੋਇਆ? ਕਹਿੰਦੇ ਨੇ ਭੈਣ, ਇਸ ਵੇੜੇ 'ਚ ਕਦੀ ਮਾਂ ਜਾਈ ਨੇ ਫੇਰਾ ਪਾਇਆ ਹੀ ਨਹੀਂ ਸੀ, ਅੱਜ ਪਹਿਲੇ ਦਿਨ ਭੈਣ ਆਈ। ਤਰਸਿਆ ਹੋਇਆ ਨਬੀ, ਤੈਨੂੰ ਕੀ ਲੱਗੇ ਤੂੰ ਭੈਣਾਂ ਵਾਲਾ ਹੋ ਕੇ ਭੈਣਾਂ ਛੱਡੀ ਫਿਰਨਾ? ਭੈਣਾਂ ਵੀਰਿਆਂ ਨੂੰ ਛੱਡੀ ਫਿਰਦੀਆਂ ਨੇ, ਖੂਨ ਸਫੇਦ ਹੋ ਗਏ ਨੇ। ਅੱਲਾ, ਇੱਕ ਮਹੀਨਾ ਮੇਰੇ ਨਬੀ ਆਉਂਦੇ, ਭੈਣ ਹੋਰ ਰਹਿ ਲਾ, ਨਹੀਂ ਵੀਰਾ ਘਰ ਵਾਲਿਆਂ ਘਰ ਹੀ ਜਾਣਾ। ਬੋਲੋ ਘਰਾਂ ਵਾਲਿਆਂ, ਭੈਣਾਂ ਘਰ ਵੀਰੇ ਆਉਂਦੇ, ਅਮਾਨ ਤਾਨ ਹੁੰਦੀਆਂ। ਇੱਕ ਦਿਨ ਵੀਰੇ ਆਉਂਦਾ, ਵਿਹੜਾ ਛੱਡ ਜਾਂਦੀਆਂ। ਭੈਣਾਂ ਘਰ ਵੀਰੇ ਆਉਂਦੇ, ਸਮਾਨ ਤਾਨ ਹੁੰਦੀਆਂ। ਇੱਕ ਦਿਨ ਵੀਰੇ ਆਉਂਦਾ, ਵਿਹੜਾ ਛੱਡ ਜਾਂਦੀਆਂ। ਮੇਰੇ ਨਬੀ ਨੇ ਸਵਾਰੀ 'ਤੇ ਸਮਾਨ ਲੱਦਣਾ ਸ਼ੁਰੂ ਕਰ ਦਿੱਤਾ। ਆਂਹਦੀ, ਵੀਰ ਖੈਰ ਇੰਨਾ ਸਮਾਨ ਲੱਦਣ ਦਿਆ ਹੈ? ਮੇਰੇ ਨਬੀ ਆਉਂਦੇ ਨੇ, ਭੈਣ ਜੱਗ ਵੇਖੇਗਾ, ਮੁਹੰਮਦ ਨੇ ਭੈਣ ਤੋਰੀ ਏ। ਉਹ ਤੇ 500 ਰੁਪਇਆ ਦੇਣ ਤੋਂ ਮਰ ਜਾਣਾ ਨਾ। ਇੰਜ ਮੇਰੇ ਨਬੀ ਨੇ ਸਮਾਨ, ਬਲੋਚ ਦੱਸਦੇ ਨੇ ਕਿ 20 ਮਣ ਊਂਠ ਲੱਦਿਆ ਜਾਂਦਾ ਸਮਾਨ। ਕਿੰਨਾ? 20 ਮਣ ਊਂਠ 'ਤੇ ਲੱਦਿਆ ਜਾਂਦਾ, ਤੇ ਬਹਿ ਕੇ ਉੱਠਦਾ 20 ਮਣ ਸਮਾਨ ਲੈ ਕੇ। ਅੱਲਾ, 25 ਮਣ ਲਾ ਲਓ, 20 ਮਣ ਟਨ ਟਨ ਪੂਰਾ। ਤੇ ਮੇਰੇ ਨਬੀ ਨੇ ਸਮਾਨ ਲੱਦਿਆ, ਅਤੇ ਲੱਦਿਆ ਵੀ ਆਪਣੇ ਹੱਥਾਂ ਨਾਲ, ਸਿਆਬਾਂ ਨੂੰ ਵੀ ਕਹਿ ਸਕਦੇ ਸੀ। ਤੇ ਭੈਣ ਆਉਂਦੀ, ਵੀਰ ਤੂੰ ਪਰਾਂ ਹੋ, ਮੈਂ ਤੇਰੀ ਮਰੀਦਨੀ ਹੈ। ਤੇ ਵੀਰ ਤੁਸੀਂ ਕਿਉਂ ਇੰਨੀ ਤਕਲੀਫ? ਆਂਦੇ ਨੇ, ਭੈਣ ਇਸ ਭਰਾ ਨੇ ਤੇ ਕਦੀ ਕਿਸੇ ਨੂੰ ਈਦ ਦੇ ਕੇ ਤੋਰਿਆ ਹੀ ਨਹੀਂ, ਭਰਾ ਬਣ ਕੇ ਤੋਰਿਆ ਨਹੀਂ, ਤੇ ਅੱਜ ਲੋਰੀਆਂ ਦੇਣ ਵਾਲੀ ਆਈ। ਅੱਜ ਸਮਾਨ ਲੱਦਿਆ ਮੇਰੇ ਨਬੀ ਨੇ ਕਿ ਮੱਕਾ ਵੇਖੇਗਾ, ਮਦੀਨਾ 24 ਚੱਕ 'ਚ ਨਾਸਰ ਮਦਨੀ ਮਿਸਾਲ ਦੇਵੇਗਾ, ਉਹ ਸਮਾਨ ਲੱਦਿਆ। ਆਂਦੇ ਨੇ, ਭੈਣ ਸਵਾਰੀ 'ਤੇ ਬਹਿ। ਮੇਰੇ ਨਬੀ ਦੀ ਪੈਰਾਂ ਦੀ, ਵੀਰ ਮੈਂ ਉੱਚਾ ਨਹੀਂ ਹੋਣਾ, ਤੈਨੂੰ ਮੁਰਸ਼ਦ ਮੰਨਿਆ। ਮੇਰੇ ਨਬੀ ਆਂਦੇ, ਭੈਣ ਅੱਜ ਪਹਿਣਾ ਹੀ ਪਹਿਣਾ ਹੀ, ਜਿਹੜੀ ਵੀਰ ਨੂੰ ਲੋਰੀ ਦਿੱਤੀ, ਅੱਜ ਮੁਹੰਮਦ ਮੁੱਲ ਪਾਉਣਾ ਚਾਹੁੰਦਾ ਹੈ। ਮੈਂ ਸਾਰੀ ਦੁਨੀਆ ਦੀਆਂ ਲੈਂਡ ਕਰੋਜ਼ਰ, V8, ਫਾਰਚੂਨਰ, BMW, GMC, ਮੈਰਕਲ, ਟੋਟਾ ਕਰੋਲਾ, ਹੋਂਡਾ ਸਵਿਕ, ਨਦੀ ਨਵੀ ਫੋਰ ਰਿੰਗ, ਓਡੀ, ਜਿੰਨੀਆਂ ਗੱਡੀਆਂ ਤੇਰੀ ਨਦੀ ਪਹੁੰਚ, ਸਜ਼ੂਕੀ ਨਵੀ ਵੈਨ, ਨਵੀ ਦੁਨੀਆ ਦੇ ਅੰਦਰ ਜਿਹਨੂੰ ਜਿਹਨੂੰ ਤੂੰ ਪਿਆਰ ਕਰੇ, ਸ਼ਰਾਡ, ਜਨਾਬੇ ਵਾਲਾ ਕਰੋਲਾ ਔਰ ਕਲਟਸ, ਸਾਰੀਆਂ ਕਾਰਾਂ ਇਕੱਠੀਆਂ ਕਰਕੇ ਮੈਂ ਨਬੀ ਦੀ ਡਾਚੀ ਦੇ ਪੈਰਾਂ ਤੋਂ ਵਾਰ ਦੇਵਾਂ। ਸਭ ਤੋਂ VIP ਸਵਾਰੀ ਹੁੰਦੀ ਸੀ ਨਬੀ ਪਾਕ ਕੋਲ, ਮਦੀਨੇ ਦੀ ਮਹਿੰਗੀ ਤਰੀਨ ਊਂਠ ਨਬੀ ਪਾਕ ਹੁੰਦੀ ਸੀ। ਅਤੇ ਤੂੰ ਆਪਣੀ ਭੈਣ ਨੂੰ ਆਉਣਾ, ਇੱਥੋਂ ਰਕਸ਼ ਐਦਾਂ ਕਰਕੇ ਉਦਾਂ ਹੋ ਜਾਈ। ਸਹੀ ਗੱਲ, ਤੂੰ ਆਉਣਾ ਰਕਸ਼ੇ 'ਤੇ ਪੈ ਜਾਈ, ਤੇ ਤੇਰੀਆਂ ਬੇਗਮਾਂ ਅੱਧੀ ਰਾਤ ਆਖਣ, ਐਕਸਕਿਊਜ਼ ਮੀ, ਜ਼ਰਾ ਕਾਰ ਮੰਗਾਏ। ਤੇਰੀ ਉਸੇ ਵੇਲੇ ਜਾਨ ਵਹਾ ਹੋ ਜਾਂਦੀ, ਲਓ ਜਣਾ ਉਸੇ ਵੇਲੇ ਗਸ਼ਾਂ ਪੈ ਜਾਂਦੀਆਂ ਤੈਨੂੰ ਮੈਂ ਲਿਆ ਹੁਣ। ਉਹ ਭੈਣਾਂ ਰੋਜ਼ ਰੋਜ਼ ਆਉਂਦੀਆਂ, ਉੱਚੀ ਬੋਲੋ ਤੇ ਸਹੀ, ਜਰਾ ਰੋਜ਼ ਰੋਜ਼ ਤਾਂ ਨਹੀਂ ਨਾ ਆਉਂਦੀਆਂ। ਭੈਣਾਂ ਤੇ ਵੀਰਾਂ ਉਦੋਂ ਹੀ ਆਉਂਦੀਆਂ ਜਦੋਂ ਬੱਚਿਆਂ ਨੂੰ ਛੁੱਟੀਆਂ ਹੋਣ। ਉਹ ਕਿਹੜੀਆਂ ਨਿੱਤ ਦੀਆਂ ਪਰਾਉਣੀਆਂ ਹੁੰਦੀਆਂ, ਰੋਜ਼ ਨਹੀਂ ਆਉਂਦੀਆਂ। ਮੇਰੇ ਨਬੀ ਨੇ ਸਵਾਰੀ 'ਤੇ ਬਿਠਾਇਆ, ਮੈਂ ਮਦੀਨੇ ਉਮਰੇ 'ਤੇ ਜਾਵਾਂ, ਮੇਰੇ ਨਾਲ ਜਿੰਨਾ ਕਾਫਲਾ ਹੋਵੇ ਮੈਂ ਰਵਾ ਦਿੰਦਾ ਉਹਨਾਂ ਸਾਰਾ ਕਾਫਲਾ। ਮੈਂ ਨਾ ਇੱਥੇ ਖਲੋ ਕੇ, ਉਹ ਪੁਰਾਣਾ ਮੱਕੇ ਮਦੀਨੇ ਵਾਲਾ ਰਾਹ, ਹਜ਼ਰਤ ਅਬੂ ਜ਼ਰ ਗਫਾਰੀ ਵਾਲੀ ਬਸਤੀ ਵਾਲਾ ਬਦਰ ਵਾਲਾ ਰਸਤਾ ਹੈ ਨਾ, ਮੇਰੇ ਨਬੀ ਵਿਦਿਆ ਕਰਨ ਲੱਗ ਪਏ ਮਦੀਨੇ ਨੂੰ। ਇੰਜ ਕਰਕੇ ਸਵਾਰੀ 'ਤੇ ਬਿਠਾਇਆ, ਮੈਂ ਉਹਨਾਂ ਨਾਲ ਛੀਮਾ,
ਮੈਂ ਹੁੰਦਾ ਤੇ ਤੇਰੇ ਪੈਰਾਂ ਦੀ ਮਿੱਟੀ ਅੱਖਾਂ ਦਾ ਸੁਰਮਾ ਬਣਾਉਂਦਾ। ਉਸ ਨਬੀ ਦੀ ਸਵਾਰੀ ਤੇ ਬੈਠੀ ਜਿਹਦੀ ਮੁਹਾਰੀ ਫਰਿਸ਼ਤਿਆਂ ਦਾ ਸਰਦਾਰ ਜਬਰੀਲ ਫੜਨਾਉਂਦਾ ਹੈ। ਤੇਰੇ ਰਕਸ਼ੇ, ਤੇਰੀਆਂ ਕਾਰਾਂ, ਤੇਰੀਆਂ ਕਰੂਜ਼ਰਾਂ, ਤੇਰੀਆਂ ਫਾਰਚੂਨਰਾਂ, ਤੇਰੀਆਂ GMC, ਤੇਰੀ ਮਰਸਡੀਜ਼ ਲੈਂਡ ਕਰੂਜ਼ਰ, ਇਹ ਕਿਸ ਕੰਮ ਦੀਆਂ ਨੇ? ਮੇਰੇ ਨਬੀ ਸਵਾਰੀ ਤੇ ਬਿਠਾਇਆ ਤੇ ਆਪ ਪੈਦਲ ਚੱਲਦੇ ਪੈਣ, ਤੇ ਤੂੰ ਅੰਡੋਲ ਡਰੈਸ ਦੱਸਦਾ ਏਦਾਂ ਕਰਕੇ, ਏਦਾਂ ਕਰਕੇ, ਓਦਾਂ ਹੋ ਜੀ। ਜੇ ਸਿਆਲਕੋਟ ਵਾਲੇ ਤਾਂ ਹੁੰਦੇ ਇੱਥੋਂ ਐਤਲੋ ਕੇ, ਇੱਥੋਂ ਐਤਲੋ ਕੇ, ਉੱਥੋਂ ਉੱਤੋਂ ਲੋ ਜੀ। ਅੱਜ ਬੋਲੋ ਭੈਣਾਂ, ਨਾ ਇੰਜ ਨਹੀਂ ਹੁੰਦਾ। ਰਕਸ਼ਿਆਂ 'ਤੇ ਬਹਿ ਕੇ ਚਲੇ ਜੀ ਝਾਲ 'ਤੇ, ਬੂਟਿਆਂ ਵਾਲੀ ਝਾਲ ਤੋਂ ਗੱਡੀ ਮਿਲ ਜਾਏਗੀ। ਉਹ ਬੱਸ 'ਚ ਬਹਿੰਦੀ ਜਾਂਦਿਆਂ ਖੁੱਚਾਂ ਲੈ ਜਾਂਦੀਆਂ, ਫਿਰ ਹਸਪਤਾਲ ਦਾਖਲ ਹੁੰਦੀ ਵਿਚਾਰੀ। ਤੁਹਾਡੀ ਸੜਕ ਦੇ ਉੱਤੇ ਅੱਲਾ ਜਾਂਦਾ ਐਂ ਜਿਵੇਂ ਕੁੱਤਿਆਂ ਰਜਾਈ ਪਾੜੀ ਹੁੰਦੀ ਹੈ। ਮੈਂ ਸਹੀ ਹਾਂ, ਅੱਲਾਹ ਅਕਬਰ, ਅੱਲਾ ਹਦਾਇਤ ਨਸੀਬ ਫਰਮਾਏ, ਅੱਲਾਹ। ਨਹੀਂ ਗੱਲ ਹੀ ਸੱਚੀ, ਨਬੀ ਪਾਕ ਨੇ ਸਵਾਰੀ ਤੇ ਭੈਣ ਨੂੰ ਬਿਠਾਇਆ। ਮੇਰੇ ਨਬੀ ਮਦੀਨੇ ਵਿਦਿਆ ਕਰਨ ਲੱਗੇ ਨਾ, ਮੇਰੇ ਨਬੀ ਦੀਆਂ ਅੱਖਾਂ ਇੰਜ ਡੁੱਲੀਆਂ ਜਿਵੇਂ ਸਾਵਣ ਦੀਆਂ ਬਦਲੀਆਂ ਵੱਜਦੀਆਂ। ਮੇਰੇ ਨਬੀ ਦੀ ਭੈਣ ਨੇ ਇੰਜ ਪਿੱਛਾ ਪੌਂ ਕੇ ਵੇਖਿਆ, ਆਂਦੀ ਵੇ ਵੀਰ ਖੈਰ ਕਿਉਂ ਰੋਇਆ ਏ? ਕਹਿੰਦੇ ਨੇ ਮਾਂ ਜਾਈ ਤੇ ਨਹੀਂ ਦੁੱਧ ਵਾਲੀਏ ਭੈਣੇ, ਮੈਂ ਤੈਨਾਂ ਵੇਖ ਕੇ ਕਿਉਂ ਨਾ ਰੋਵਾਂ? ਭੈਣ ਮੁਦਤਾਂ ਬਾਅਦ ਆਈ ਸਾ, ਦੱਸ ਫਿਰ ਕਦੋਂ ਆਵੇਂਗੀ? ਫਿਰ ਮੇਰੇ ਨਬੀ ਨੇ ਪਿਆਰ ਦਿੱਤਾ, ਚੀਮਾ ਨੇ ਮੇਰੇ ਨਬੀ ਨੂੰ ਗੱਲ ਲਾ ਲਈ। ਮੇਰੇ ਨਬੀ ਨੇ ਸਵਾਰੀ ਬਿਠਾ ਲਈ, ਊਂਠ ਬਿਠਾ ਦਿੱਤੀ। ਸਿਹਾਬਾ ਵੀ ਰੋ ਰਹੇ ਨੇ, ਮੇਰੇ ਨਬੀ ਵੀ ਰੋ ਰਹੇ ਨੇ। ਆਪ ਫਰਮਾਉਂਦੇ ਨੇ ਭੈਣ ਮੁਦਤਾਂ ਬਾਅਦ ਆਈ ਸਾ, ਦੱਸ ਫਿਰ ਕਦੋਂ ਆਵੇਂਗੀ? ਤੇਰਾ ਧਿਆਨ ਕਰਿਆ ਜੇ, ਤੁਵੀਂ ਕਦੇ ਇੱਥੋਂ ਭੈਣ ਆਈ ਹੋਵੇ, ਇਹਨੂੰ ਗੱਡੀ 'ਚ ਬਿਠਾਉਣ ਜਾਏ GTS ਫੈਸਲਾਬਾਦ, ਜਾਂ ਸਤਿਆਣੇ ਬੰਗਲੇ, ਜਾਂ ਜੜਾਂ ਵਾਲੇ ਝਾਲ 'ਤੇ ਬਿਠਾਉਣ ਜਾਵੇ। ਗੱਡੀ ਆਵੇ, ਭੈਣ ਮੀਰਾ ਬੈਠੀ ਹੋਵੇ, ਤੁਰਨ ਲੱਗੇ ਗੱਡੀ, ਜੇਬ 'ਚੋਂ 1000 ਦਾ ਨੋਟ ਕੱਢ ਕੇ, ਜੇਬ ਦੇ ਵਿੱਚੋਂ 1000 ਦਾ ਨੋਟ ਕੱਢ ਕੇ ਭੈਣ ਨੂੰ ਦੇਵੇ। ਵੇ ਵੀਰ ਖੈਰ, 5000 ਦਾ ਨੋਟ ਦੇ ਵੀਰ ਖੈਰ। ਭੈਣ ਕਿਰਾਇਆ ਲਾਈ, ਉਹਦਾ ਸਾਲ ਨਹੀਂ ਲੰਘਣਾ, ਤੇਰਾ ਡੰਗ ਨਹੀਂ ਟੱਪਣਾ, ਪਰ ਜਿਹੜੀ ਦਵਾ ਉਸ ਵੇਲੇ ਨਿਕਲਣੀ ਹੈ, ਸੱਤੇ ਅਸਮਾਨ ਚੀਰ ਕੇ ਲੰਘ ਜਾਣੀ।